ਇੱਥੇ ਤਸ਼ਰੀਫ ਲਿਆਏ ਨੇ ਮੈਂ ਇਕੱਲੇ ਇਕੱਲੇ ਦਾ ਨਾਮ ਲਵਾਂ ਤਾਂ ਸਮਾਂ ਜ਼ਿਆਦਾ ਹੋ ਜਾਣਾ। ਸਾਰੇ ਜਿੰਨੇ ਵੀ ਤੁਸੀਂ ਆਏ ਹੈ, ਜਿੰਨੇ ਵੀ ਮੇਰੇ ਬੇਟੇ ਦੀ ਇਸ ਪਹਿਲੀ ਬਰਸੀ ਦੇ ਵਿੱਚ ਤਸ਼ਰੀਫ ਲਿਆਏ ਆ, ਤੁਹਾਡਾ ਸਵਾਗਤ ਕਰਦੇ ਹਾਂ ਔਰ ਤੁਹਾਡੀ ਬਹੁਤ ਮਿਹਰਬਾਨੀ। ਇਹ ਇੱਕ ਤਰ੍ਹਾਂ ਦਾ ਦੁੱਖ ਆ ਜਿਹਦੇ ਵਿੱਚ ਤੁਸੀਂ ਸ਼ਰੀਕ ਹੋਏ ਹੋ, ਤੁਹਾਡੀ ਬਹੁਤ ਮਿਹਰਬਾਨੀ। ਅੱਜ ਬਹੁਤ ਵੱਡੇ ਵੱਡੇ ਗਾਇਕ, ਵੱਡੇ ਵੱਡੇ ਸ਼ਾਇਰ, ਬਹੁਤ ਵੱਡੇ ਮੁਆਜ਼ਜ ਲੋਕ, ਸਤਿਕਾਰਯੋਗ ਸਰਕਾਰੀ ਔਰ ਦਰਬਾਰੀ ਔਰ ਆਮ ਲੋਕ ਜਿਹੜੇ ਸਾਬਰ ਵਾਸਤੇ ਇੱਥੇ ਆਏ ਨੇ, ਤੁਹਾਡੀ ਬਹੁਤ ਮਿਹਰਬਾਨੀ। ਗੱਲ ਇੱਦਾਂ ਕਿ ਸਾਰੀ ਦੁਨੀਆਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਪੂਰਨ ਸ਼ਾਹਕੋਟੀ ਕਰਾ ਦਿੱਤਾ, ਉਹ ਆ ਹੰਸਰਾਜ ਹੰਸ, ਸਾਬਰਕੋਟੀ, ਜੱਸੀ, ਸਲੀਮ, ਮੇਰਾ ਬੇਟਾ ਭੇਜੀ ਸ਼ਾਹਕੋਟੀ। ਮੈਨੂੰ ਘਰ ਬੈਠੇ ਨੂੰ ਹੀ, ਆਪਣੇ ਘਰ ਬੈਠੇ ਨੂੰ ਇਹਨੇ ਸਾਰੀ ਦੁਨੀਆਂ ਦੇ ਵਿੱਚ ਇਹਨਾਂ ਲੋਕਾਂ ਨੇ ਘੁਮਾ ਦਿੱਤਾ। ਪਿਛਲੇ ਸਾਲ ਇਸੇ ਦਿਨ ਮੈਨੂੰ ਉੱਥੇ ਪੁੱਛਦੇ ਸੀਗੇ ਪੱਤਰਕਾਰ ਸਾਹਿਬਾਨ ਮੈਨੂੰ ਪੁੱਛਦੇ ਸੀਗੇ ਵੀ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ। ਮੈਂ ਕਿਹਾ ਮੇਰਾ ਪੁੱਤ ਸੀ, ਜੇ ਤੁਹਾਡੇ ਵਿੱਚ ਇਨਸਾਨੀ ਦਿਲ ਹੈਗਾ ਤੁਸੀਂ ਆਪ ਮਹਿਸੂਸ ਕਰ ਸਕਦੇ ਹਾਂ ਕਿ ਜਿਸ ਬੰਦੇ ਦਾ ਪੁੱਤ ਮਰ ਜਾਵੇ ਉਹਨੂੰ ਕਿੰਨਾ ਦੁੱਖ ਹੁੰਦਾ। ਸਾਬਰ ਆਮ ਪੁੱਤਾਂ ਵਰਗਾ ਨਹੀਂ ਸੀਗਾ, ਇੱਦਾਂ ਦਾ ਸੁਰੀਲਾ ਬੰਦਾ ਮੈਂ ਤਾਂ ਅੱਜ ਤੱਕ ਵੇਖਿਆ ਨਹੀਂ। ਮੈਂ ਬਹੁਤ ਦੁਨੀਆ ਵੇਖੀ ਹੈ, ਮੈਂ ਖੁਦ ਗਾਉਂਦਾ ਰਿਹਾ ਬਹੁਤ, ਅਤੇ ਵੱਡੇ ਵੱਡੇ ਖਾਨ ਸਾਹਿਬ ਲੋਕਾਂ ਨੂੰ ਮੈਂ ਸੁਣਿਆ, ਬਹੁਤ ਵੱਡੇ ਲੋਕਾਂ ਨੂੰ ਮੈਂ ਸੁਣਿਆ, ਦੂਰ ਦੁਰਾਡੇ ਜਾ ਕੇ ਬਾਹਰਲੇ ਮੁਲਕਾਂ ਵਿੱਚ ਵੀ ਜਾ ਕੇ ਮੈਂ ਸੁਣਿਆ ਲੋਕਾਂ ਨੂੰ, ਗਾਉਣ ਵਾਲਿਆਂ ਨੂੰ, ਪਰ ਸਾਬਰ ਵਰਗਾ ਮੈਨੂੰ ਸੁਰ ਨਹੀਂ ਮਿਲਿਆ ਕਿਤੇ ਵੀ। ਉਹਦੀ ਇੱਕ ਗੱਲ ਦੀ ਮੈਂ ਦੱਸ ਦਿੰਦਾ, ਉਹਦੀ ਸਿਲੈਕਸ਼ਨ ਬੜੀ ਖੂਬਸੂਰਤ ਸੀਗੀ, ਉਹ ਗਾਣੇ ਦੀ ਚੁਣਨ ਸ਼ਕਤੀ ਜਿਹੜੀ ਹੁੰਦੀ ਆ ਉਹ ਸਾਬਰ ਵਿੱਚ ਬਹੁਤ ਸੀਗੀ, ਅਤੇ ਚੰਗੇ ਸੁਰ ਦੇ ਨਾਲ ਮਾੜਾ ਗੀਤ ਗਾਇਆ ਜਾਵੇ ਉਹ ਵੀ ਬੜੀ ਮਾੜੀ ਗੱਲ ਹੁੰਦੀ ਹੈ, ਅਤੇ ਚੰਗਾ ਉਹਨੇ ਚੁਣਿਆ ਕਿਉਂਕਿ ਉਹ ਮੌਸਮ ਵਾਂਗੂ ਬਦਲ ਗਿਆ ਸੀ, ਰੁੱਖਾਂ ਵਾਂਗੂ ਖੜ੍ਹੇ ਰਹੇ, ਇਸ ਲਾਈਨ ਦਾ ਕੋਈ ਜਵਾਬ ਹੀ ਨਹੀਂ ਦੇ ਸਕਦਾ। ਅਤੇ ਇੱਕ ਬਾਲੋ ਮਈਆ ਉਹਨੇ ਗਾਇਆ ਕਿ ਤਾਰਾ ਅੰਬਰਾਂ 'ਤੇ ਕੋਈ ਕੋਈ ਹੋਏ, ਅਤੇ ਸਾਡੇ ਫਿਰੇ ਹੰਝੂ ਪੂੰਝਦਾ, ਅੱਖ ਤੇਰੀ ਵੀ ਤਰੋਈ ਹੋਈ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਸ ਬੰਦੇ ਨੂੰ ਆਪਣੀ ਮਾਰਕੀਟ ਦੀ, ਆਪਣੀ ਪਬਲਿਸਿਟੀ ਦੀ ਫਿਕਰ ਹੋਵੇ ਉਹ ਇੱਦਾਂ ਦੀ ਲਾਈਨ ਨਹੀਂ ਗਾਉਂਦਾ। ਸਾਬਰ ਇੱਕ ਐਸਾ ਫਨਕਾਰ ਸੀਗਾ, ਉਹਨੇ ਆਪਣੀ ਪਬਲਿਸਿਟੀ ਦੀ, ਆਪਣੀ ਕਿਸੇ ਆਪਣੀ ਮਸ਼ਹੂਰੀ ਦੀ, ਪੰਜਾਬੀ ਵਿੱਚ ਸਿੱਧਾ ਜਿਹਾ ਲਫ਼ਜ਼ ਹੈ ਕਿ ਮਸ਼ਹੂਰੀ ਦੀ ਉਹਨੇ ਪਰਵਾਹ ਨਹੀਂ ਕੀਤੀ, ਉਹਨੇ ਅੱਛੀ ਪੋਇਟਰੀ ਗਾਈ। ਔਰ ਦੂਸਰੀ ਗੱਲ ਹੈ ਕਿ ਉੱਥੇ ਮੈਂ ਗੱਲ ਕਰਦਾ ਸੀ, ਮਦਨ ਜਲੰਧਰੀ ਸਾਹਿਬ ਬੈਠੇ ਸੀ, ਬੱਗਾ ਸਾਹਿਬ ਬੈਠੇ ਸੀ, ਭੇਜੀ ਸਾਰੇ ਉੱਥੇ ਬੈਠੇ ਰੋਟੀ ਖਾਂਦੇ ਸੀ ਅਸੀਂ, ਅਤੇ ਮੈਂ ਆਖਿਆ ਵੀ ਅੱਗੇ ਲੋਕ ਗਾਉਂਦੇ ਹੁੰਦੇ ਸੀਗੇ ਸਾਬਰ ਦੀ ਦੇਣ ਹੈ, ਇਹ ਸਾਡੀ ਦੇਣ ਹੈ। ਇੱਕ ਹੋਰ ਗੱਲ ਕਿ ਮੈਂ ਸਾਰੀ ਉਮਰ ਹੀ ਉਹਨੂੰ ਮਤਲਬ ਲਾ ਲਾ ਕੇ ਸਿੱਖਦਾ ਰਿਹਾ। ਪਿਛਲੇ ਸਾਲ 25 ਜਨਵਰੀ ਨੂੰ ਮੈਨੂੰ ਪਤਾ ਲੱਗਾ ਕਿ ਇੱਕ ਇਨਸਾਨ ਜਿਹਨੂੰ ਮੈਂ ਆਉਂਦਾ ਸੀ ਉਹ ਯਾਰ ਭੱਜ ਇੱਥੋਂ, ਚੱਲ ਦੌੜ ਇੱਥੋਂ, ਉਹ ਬੰਦੇ ਨੇ ਮੈਨੂੰ ਪਿਆਰ ਹੀ ਬਹੁਤ ਕੀਤਾ। ਉਹ ਮੈਨੂੰ ਕਹਿੰਦਾ ਮੈਂ ਤੁਹਾਨੂੰ ਤਾਂ ਪਿਆਰ ਕਰਦਾ ਤੁਸੀਂ ਸੋਚੇ ਬਹੁਤ ਹੈ ਜੀ, ਉਸਤਾਦ ਤਾਂ ਮੈਂ ਬਹੁਤ ਵੇਖੇ ਆ, ਤੁਸੀਂ ਗਾਉਂਦੇ ਬਹੁਤ ਅੱਛਾ, ਅਤੇ ਮੇਰੇ ਕੋਲ ਬੈਠੇ ਰਹਿਣਾ, ਮੇਰੇ ਪੈਰਾਂ 'ਚ ਸੁੱਤੇ ਰਹਿਣਾ, ਇੱਕੇ ਰਜਾਈ ਦੇ ਵਿੱਚ ਅਸੀਂ ਸੁਣਦੇ ਹੁੰਦੇ ਸੀ। ਉਹਨੇ ਗਾਣਾ ਹੋਰ ਤਰੀਕੇ ਨਾਲ ਸਿੱਖਿਆ ਮੇਰੇ ਤੋਂ, ਵੀ ਜਿਵੇਂ ਰੁਲ ਕੇ ਸਿੱਖਿਆ, ਜਿਵੇਂ ਰੁਲਦਾ ਰਿਹਾ ਮੇਰੇ ਮਗਰ ਅਖੀਰ 'ਤੇ ਆਣ ਕੇ ਪਿਓ ਨੂੰ ਮੈਂ ਜੱਫੀ ਪਾ ਲਈ। ਜਦੋਂ ਮੈਂ ਜੱਫੀ ਪਾਈ ਤਾਂ ਉਦੋਂ ਕੈਂਟ ਰਹਿੰਦਾ ਸੀਗਾ,
ਫਿਰ ਮੈਂ ਜੱਫੀ ਪਾ ਲਈ, ਫਿਰ ਜੱਫੀ ਦੇ ਵਿੱਚ ਹੀ ਉਹ ਸੁਰਗਵਾਸ ਹੋ ਗਿਆ। ਬਹੁਤ ਮਾੜਾ ਕੰਮ ਹੋਇਆ, ਬਹੁਤ ਧੱਕਾ ਬਹੁਤ ਹੋਇਆ। ਇੱਕੋ ਇੱਕ ਫਨਕਾਰ ਸਾਬਰਕੋਟੀ ਮੈਂ ਵੇਖਿਆ ਕਿ ਬੇਸੁਰਾ ਤਾਂ ਉਹਨੇ ਕੀ ਹੋਣਾ ਸੀ, ਕੰਸੁਰਾ ਵੀ ਨਹੀਂ ਹੋਇਆ, ਹਵਾ ਵੀ ਨਹੀਂ ਤਾਂ ਠਾਂ ਹੋਣ ਦਿੱਤੀ ਸੁਰ ਦੀ ਉਹਨੇ। ਅਤੇ ਇਹੋ ਜਿਹੀਆਂ ਕੰਪੋਜੀਸ਼ਨਾਂ ਕੌਣ ਗਾ ਸਕਦਾ, ਮੈਨੂੰ ਨਹੀਂ ਸਮਝ ਲੱਗਦੀ। ਮੈਂ ਅੱਜ ਵੀ ਬਾਅਦ 'ਚ ਵੀ ਹੁਣ ਵੇਖੀ ਜਾਇਓ, ਤੁਸੀਂ ਸੁਣੀ ਜਾਇਓ, ਐਸੀ ਕੰਪੋਜੀਸ਼ਨ ਨਹੀਂ ਕੋਈ ਗਾ ਸਕਦਾ, ਐਸੀ ਪੋਇਟਰੀ ਨਹੀਂ ਸਿਲੈਕਟ ਕਰ ਸਕਦਾ, ਐਸਾ ਸਬਰ ਵਾਲਾ ਕਲਾਕਾਰ ਕੋਈ ਨਹੀਂ। ਇੱਕ ਪ੍ਰੋਗਰਾਮ ਸੀਗਾ, ਉੱਥੇ ਮੈਨੂੰ ਕਹਿੰਦਾ ਜੀ ਮੈਨੂੰ ਟਾਈਮ ਨਹੀਂ ਦਿੰਦੇ, ਅਤੇ ਮੈਂ ਕਿਹਾ ਤੈਨੂੰ ਟਾਈਮ ਦੇਣਗੇ। ਮੈਂ ਕਿਸੇ ਨੂੰ ਆਖ ਦਿੱਤਾ, ਮੈਂ ਕਿਹਾ ਯਾਰ ਮੇਰੇ ਮੁੰਡੇ ਨੂੰ ਟਾਈਮ ਦਿਓ, ਉਦੋਂ ਡਿਵੈਲਪ ਹੋ ਰਿਹਾ ਸੀ। ਜਦੋਂ ਉਹਨੂੰ ਟਾਈਮ ਮਿਲਿਆ, ਉਹਨੇ ਸਵਾਹ ਦਿੱਤੀ ਦੁਨੀਆ, ਐਨ ਨੁਕਰੇ ਲਾ ਦਿੱਤੇ ਦੁਨੀਆ ਸਾਰੀ। ਅਤੇ ਐਸਾ ਰੱਬ ਨੇ ਬੜਾ ਕਹਿਰ ਕੀਤਾ, ਕਿਉਂਕਿ ਐਸੇ ਲੋਕ ਨੂੰ ਤਾਂ ਬਹੁਤ ਲੰਮਾ ਸਮਾਂ ਦੇਣਾ ਚਾਹੀਦਾ। ਸੁਰ ਉਹਨੇ ਸੁਰ ਵੰਡਣਾ ਸੀਗਾ ਲੋਕਾਂ, ਬਹੁਤ ਧੱਕਾ ਹੋਇਆ ਰੱਬ ਨੇ, ਬੇਵਕਤਾ ਉਹ ਲੈ ਗਿਆ ਸਾਬਤ ਸਾਡੇ ਇੱਥੋਂ, ਅਜੇ ਹੋਰ ਲੋਕਾਂ ਨੂੰ ਸੁਰੀਲਾ ਕਰ ਦਿੰਦਾ। ਉਹਨੇ ਇੱਕ ਸਟੇਜ 'ਤੇ ਆਖਿਆ ਸੀ ਨਕੋਦਰ ਲਾਲ ਬਾਦਸ਼ਾਹ ਦੇ ਕਿ ਜੇ ਫਰਿਸ਼ਤੇ ਮੈਨੂੰ ਲੈਣ ਆਉਣਗੇ ਤਾਂ ਮੈਂ ਆਖੂੰਗਾ 5 ਮਿੰਟ ਠਹਿਰ ਜਾਓ, ਮੈਂ ਹੋਰ ਗਾਣਾ ਸੁਣਾ ਦੇਵਾਂ ਲੋਕਾਂ ਨੂੰ। ਤੁਸੀਂ ਕਿਸੇ ਨੇ ਇੰਨੀ ਉਹ ਸੁਣਿਆ ਹੋਇਆ ਨੈੱਟ ਦੇ ਉੱਤੇ ਸੁਣਿਆ ਹੋਏਗਾ ਇਹ ਲਫ਼ਜ਼, ਅਤੇ ਉਹਨੇ ਆਖਿਆ ਯਾਰ ਮੈਂ ਫਰਿਸ਼ਤਿਆਂ ਨੂੰ ਕਹੂੰਗਾ ਥੋੜ੍ਹਾ ਜਿਹਾ ਠਹਿਰ ਜਾਓ, ਮੈਨੂੰ ਹੋਰ ਗਾ ਲੈਣ ਦਿਓ ਥੋੜ੍ਹਾ ਜਿਹਾ, ਮੈਂ ਹੋਰ ਸੁਣਾ ਦੇਵਾਂ। ਉਹਦੇ ਸਰੋਤੇ ਵੀ ਅਜੀਬ ਸੀਗੇ, ਉਹ ਉੱਦਾਂ ਦਾ ਗਾਣਾ ਸੁਣਨਾ ਚਾਹੁੰਦੇ ਸਨ। ਜਿਹੜੇ ਮੇਰੇ ਸਰੋਤੇ ਸੀ ਉਹ ਸਾਬਰ ਦੇ ਸਰੋਤੇ ਸੀ। ਕਈ ਵਾਰੀ ਮੇਰਾ ਦਿਲ ਉਦਾਸ ਹੋਣਾ, ਮੈਂ ਉਹਨੂੰ ਫੋਨ ਕਰਨਾ, ਮੈਂ ਫੋਨ ਕਰਕੇ ਆਖਣਾ ਜਦੋਂ ਉਹਨੇ ਆ ਜਾਣਾ, ਤਾਂ ਮੈਂ ਨਿਆਣਿਆਂ ਨੂੰ ਆਖਣਾ ਸਲੀਮ ਭੇਜੀ ਹੋਰਾਂ ਨੂੰ, ਮੈਂ ਕਹਿੰਦਾ ਵਾਜਾ ਰੱਖੋ ਹੁਣ ਇਹਦੇ ਅੱਗੇ। ਉਹਨਾਂ ਨੇ ਵਾਜਾ ਰੱਖ ਦੇਣਾ, ਉਹਨੇ ਫਿਰ ਮੈਨੂੰ ਗਾਣਾ ਸੁਣਾਉਣਾ, ਵਾਜਾ ਵੀ ਉਹਨਾਂ ਤਿਆਰ, ਗਾਣਾ ਵੀ ਉਹਨਾਂ ਤਿਆਰ, ਤਬਲਾ ਵੀ ਉਹਨਾਂ ਤਿਆਰ, ਬੋਲ ਦੇ ਵਿੱਚ ਮਿਠਾਸ ਵੀ ਉਨੀ। ਐਸਾ ਫਨਕਾਰ ਤਾਂ ਕਦੇ ਕਦੇ ਕਰੋੜਾਂ ਸਾਲਾਂ ਬਾਅਦ ਪੈਦਾ ਹੁੰਦਾ। ਮੈਂ ਆਪਣੇ ਢਿੱਡੋਂ, ਆਪਣੇ ਦਿਲੋਂ, ਆਪਣੇ ਦਿਲ ਦੀ ਡੂੰਘਾਈ ਤੋਂ ਉਹਨੂੰ ਸ਼ਰਧਾਂਜਲੀ ਦਿੰਦਾ। ਇਹ ਤਾਂ ਦੁਨੀਆ ਸਮੇਂ ਲੰਘ ਜਾਣੇ ਆ, ਜ਼ਮਾਨਾ ਲੰਘ ਜਾਣਾ, ਸਾਬਰ ਥੋੜ੍ਹਾ ਮੈਨੂੰ ਲੱਭਣਾ ਦੁਬਾਰਾ। ਸਾਬਰ ਤਾਂ ਸਾਬਰ ਸੀ, ਪਰ ਫਿਰ ਵੀ ਮੈਂ ਉਹਨੂੰ ਆਉਣਾ ਵੀ ਇਹ ਰੱਬ ਆ, ਇਹ ਸਤਿਗੁਰੂ ਵਾਹਿਗੁਰੂ, ਉਹਨੂੰ ਆਪਣੇ ਕਦਮਾਂ 'ਚ ਥਾਂ ਦੇਵੀਂ। ਐਸੇ ਫਨਕਾਰ ਨੂੰ ਤਾਂ ਲੋਕ ਬਹੁਤ ਪਿਆਰ ਕਰਦੇ, ਸੰਤ ਮਹਾਤਮਾ ਜਿਹੜੇ ਵੱਡੇ ਲੋਕ ਹੈ, ਜਿਹੜੇ ਅਧਿਆਤਮਿਕਤਾ ਨਾਲ ਤਾਲੁਕ ਰੱਖਦੇ, ਉਹ ਲੋਕ ਐਸੇ ਫਨਕਾਰ ਨੂੰ ਤਾਂ ਆਪਣੇ ਸੀਨੇ ਨਾਲ ਲਾਉਂਦੇ ਆ ਕਿ ਰੱਬਾ ਤੂੰ ਕਮ ਸੇ ਕਮ ਉਹਨੂੰ ਆਪਣੇ ਚਰਨਾਂ ਦੇ ਵਿੱਚ ਰੱਖੀ। ਅਤੇ ਤੁਹਾਡੀ ਬਹੁਤ ਮਿਹਰਬਾਨੀ ਜਿੰਨੇ ਵੀ ਇੱਥੇ ਤਸ਼ਰੀਫ ਲਏ ਨੇ, ਆ ਜਿਹੜੇ ਮੇਰੇ ਪਿੱਛੇ ਖੜੋਤੇ ਨੇ, ਮੇਰੇ ਆਪਣੇ ਇਹ ਡਿੱਗਣ ਦਾ ਹੀ ਖਤਰਾ ਕਰਦੇ ਰਹਿੰਦੇ, ਪੂਰਨ ਡਿੱਗ ਨਾ ਪਵੇ ਕਿਤੇ, ਮੈਂ ਸ਼ਰੇਆਮ ਡਿੱਗ ਪੈਂਦਾ ਜਦੋਂ ਮਰਜ਼ੀ, ਅਤੇ ਇਹ ਮੈਨੂੰ ਚੁੱਕ ਲੈਂਦੇ ਨੇ। ਇਹਨਾਂ ਦਾ ਵੀ ਬੜਾ ਮੈਂ ਧੰਨਵਾਦੀ ਹਾਂ, ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦੀ ਹਾਂ। ਮੈਂ ਇਕੱਲੇ ਇਕੱਲੇ ਦਾ ਨਾਂ ਨਹੀਂ ਲੈ ਸਕਿਆ, ਜਿਵੇਂ ਜੇ ਥੋੜ੍ਹੇ ਜਿਹੇ ਮੈਂ ਲੈ ਵੀ ਦੇਵਾਂ ਨਾਂ, ਅਤੇ ਬਾਕੀ ਦੇ ਗੁੱਸਾ ਨਾ ਕਰਨ। ਨਿਰਦਨ ਕਰਤਾਰਪੁਰੀ ਸਾਹਿਬ ਜਿਨ੍ਹਾਂ ਨੇ ਇੱਕ ਠੁੰਮਣਾ ਦਿੱਤਾ ਸਾਬਰਕੋਟੀ ਨੂੰ, ਅਤੇ ਮਦਨ ਜਲੰਧਰੀ ਸਾਹਿਬ, ਅਤੇ ਉਹ ਵਿਜੇ ਸ਼ਾਇਰ ਸਾਹਿਬ, ਅਤੇ ਵਿਨੋਦ ਸ਼ਾਇਰ ਸਾਹਿਬ, ਅਤੇ ਵਿਜੇ ਸ਼ਾਇਰ ਵੀ ਸੀਗਾ ਇੱਕ, ਉਹ ਮੈਨੂੰ ਲੱਭਦਾ ਨਹੀਂ ਕਰਿਆ ਕਿੱਥੇ ਚਲਿਆ ਗਿਆ। ਉਹ ਟੈਲੀਵਿਜ਼ਨ ਦੇ ਉੱਤੇ ਹੁੰਦੇ ਸੀ। ਅਤੇ ਰੀਟਾ ਮੇਰੀ ਬੇਟੀ, ਜਿਹਨੇ ਜਿਵੇਂ ਮਥਰੋ ਨੇ ਮੈਨੂੰ ਗਵਾਇਆ, ਇੱਦਾਂ ਰੀਟਾ ਨੇ ਸਾਬਰ ਨੂੰ ਗਵਾਇਆ। ਅਤੇ ਕਿਉਂਕਿ ਚਾਹ ਮੰਗੀ ਜਾਣੀ ਸਾਰੀ ਰਾਤ, ਰਿਆਜ਼ ਕਰੀ ਜਾਣਾ, ਜਿੰਨੇ ਵੀ ਲੋਕ ਆਈ ਜਾਣੇ ਉਹਨਾਂ ਵਾਸਤੇ ਵੀ ਚਾਹ ਮੰਗੀ ਜਾਣੇ, ਅਤੇ ਉਹ ਕਰੀ ਜਾਣਾ, ਬੋਰ ਕਰੀ ਜਾਣਾ, ਸੌਣ ਦੇਣਾ ਹੀ ਨਹੀਂ। ਇਹ ਇੱਕ ਫਨਕਾਰ ਦੀ ਫਿਤਰਤ ਹੁੰਦੀ ਆ। ਇੱਦਾਂ ਮਥਰੋ ਨੇ ਵੀ ਕੀਤਾ, ਮੇਰੇ ਘਰ ਵਾਲੀ ਨੇ, ਇੱਦਾਂ ਰੀਟਾ ਨੇ ਵੀ ਕੀਤਾ। ਰੀਟਾ ਦੇ ਵਾਸਤੇ ਇੱਕ ਲਫ਼ਜ਼ ਹੈ ਕਿ ਜਿੱਦਾਂ ਕੋਈ ਕੱਚਾ ਫਲ ਟੁੱਟ ਜਾਂਦਾ, ਇੱਦਾਂ ਉਹਦੇ ਵਾਸਤੇ ਤਾਂ ਸਾਬਰ ਹੋਇਆ। ਅਤੇ ਉਹ ਧੰਨ ਹੈ ਦੇਵੀ, ਉਹ ਧੰਨ ਹੈ ਲੜਕੀ। ਮੇਰੀ ਬੇਟੀ ਜਿਹੜੀ ਹੈਗੀ ਹੈ ਰਗੇਸ਼ਵਰੀ, ਅਤੇ ਮੈਂ ਤਾਂ ਕਾਕੀ ਕਹਿੰਦਾ ਰਗੇਸ਼ਵਰੀ, ਦੋ ਦੇ ਤਿੰਨੋ ਦੇ ਮੁੰਡੇ ਅਲੈਕਸ ਕੋਟੀ ਮੈਨੂੰ ਆਉਂਦੇ ਸੀ, ਅਲੈਕਸ ਕੋਟੀ ਸਾਬਰ ਦਾ ਜੀ ਇੱਦਾਂ ਕਰੋ ਆ ਕਰੋ, ਮੈਂ ਕਿਹਾ ਉਹਦੇ ਪੁੱਤ ਨੂੰ ਪ੍ਰਮੋਟ ਕਰੋ ਇੱਥੇ, ਇਸੇ ਜਗ੍ਹਾ ਮੈਂ ਆਖਿਆ ਸੀ, ਉਹਦੇ ਮੁੰਡੇ ਨੂੰ ਪ੍ਰਮੋਟ ਕਰੋ। ਹੁਣ ਵੀ ਮੈਂ ਦੁਬਾਰਾ ਇਹ ਕਹਿੰਦਾ ਕਿ ਜੇ ਤੁਸੀਂ ਅਲੈਕਸ ਕੋਟੀ ਨੂੰ ਅਤੇ ਜਾਨੂ ਨੂੰ ਪ੍ਰਮੋਟ ਕਰੋਗੇ ਤਾਂ ਸੱਚੀ ਸ਼ਰਧਾਂਜਲੀ ਆ ਸਾਬਰ ਕੋਟੀ ਵਾਸਤੇ।
ਤੇ ਮੈਂ ਤਾਂ ਕਰਦਾ ਮੈਂ ਕਰਦਾ ਜਿੱਥੇ ਆਪਣੇ ਬਾਬੇ ਦੀ ਜ਼ਰੂਰਤ ਹੋਵੇ ਅਤੇ ਇਹ ਇਹ ਮੁੰਡੇ ਜਿਹੜੇ ਸਾਬਰ ਦੇ ਬੇਟੇ ਨੇ ਪੋਤੇ ਮੇਰੇ ਉਹ ਮੈਨੂੰ ਜਿੱਥੇ ਮਰਜ਼ੀ ਖਿੱਚੀ ਫਿਰਨ ਮੇਰੇ ਤੋਂ ਤੁਰ ਨਹੀਂ ਹੁੰਦਾ ਉਹ ਮੈਨੂੰ ਫੜ ਕੇ ਗੁੱਟ ਤੋਂ ਲਈ ਫਿਰਨ ਮੈਂ ਉਹਨਾਂ ਵਾਸਤੇ ਤਾਬੇਦਾਰ ਹਾਂ ਉਹਨਾਂ ਦਾ ਸਾਰੀ ਉਮਰ ਤਾਬੇਦਾਰ ਤੁਹਾਡੀ ਬਹੁਤ ਮਿਹਰਬਾਨੀ ਮੇਰੇ ਤੋਂ ਬੋਲਦਿਆਂ ਕੋਈ ਲਫ਼ਜ਼ ਗਲਤ ਬੋਲਿਆ ਗਿਆ ਹੋਵੇ ਮੈਂ ਭਾਵੁਕ ਐਕਚੁਲੀ ਮੈਂ ਇਸ ਟਾਈਮ ਮੇਰੇ ਹਾਰ ਪਾ ਦਿੱਤੇ ਐਕਚੁਲੀ ਮੈਂ ਹਾਰ ਕੀ ਕਰਨੇ ਆ ਉਹ ਮੈਂ ਹਾਰ ਸਾਰੇ ਸਾਬਰਕੋਟੀ ਦੇ ਪੈਰਾਂ ਵਿੱਚ ਰੱਖ ਦਿੱਤੇ ਆ ਅਤੇ ਫਿਰ ਮੈਂ ਉਹਨੂੰ ਹਾਰ ਪਹਿਨਾਇਆ ਬੋੜੀ ਸ਼ਮਾ ਰੋਸ਼ਨ ਕਰਦੇ ਉਹ ਕੀਤੀ ਮੈਨੂੰ ਕੁਛ ਵੀ ਨਹੀਂ ਚੰਗਾ ਲੱਗਦਾ ਮੈਨੂੰ ਸਾਬਰ ਹੀ ਚੰਗਾ ਲੱਗਦਾ ਸੀਗਾ ਮੈਂ ਕਰ ਕੁਛ ਨਹੀਂ ਸਕਦਾ ਇਹ ਤਾਂ ਰਸਮਾਂ ਨੇ ਰੀਤਾਂ ਨੇ ਰਿਵਾਜ ਨੇ ਇਹ ਕਰਦੇ ਰਹਾਂਗੇ ਆਪਾਂ ਕਰਦੇ ਰਹਾਂਗੇ ਪਰ ਸੱਚੀ ਸ਼ਰਧਾਂਜਲੀ ਹੁਣ ਫਿਰ ਮੈਂ ਦੁਬਾਰਾ ਕਹਿੰਦਾ ਉਹ ਆ ਕੇ ਉਹਦੇ ਬੱਚਿਆਂ ਨੂੰ ਪ੍ਰਮੋਟ ਕਰੋ ਤੁਹਾਡੀ ਬਹੁਤ ਮਿਹਰਬਾਨੀ ਮੈਂ ਤਾਂ ਧਾਈਆਂ ਮਾਰਦਾ ਸੀ ਰੋਂਦਾ ਸੀ ਅਤੇ ਮੈਨੂੰ ਕਹਿੰਦੇ ਹਾਰ ਪਵਾ ਲਓ ਜੀ ਮੈਂ ਹਾਰ ਪਵਾਉਣ ਤਾਂ ਮੈਂ ਕੀ ਕਰਨੇ ਹਾਰ ਮੈਨੂੰ ਤਾਂ ਸਾਬਰ ਚਾਹੀਦਾ ਸੀਗਾ ਤੁਹਾਡੀ ਬਹੁਤ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਗਲਤੀ ਹੋ ਗਈ ਮਾਫ਼ ਕਰਨਾ